ਆਏਗਾ ਜੀ ਫਕੂਕਾ ਦਾ ਟਾਵਰ, ਮੇਨ ਟਾਵਰ, ਪ੍ਰਸਿੱਧ ਟਾਵਰ ਇੱਥੇ ਦਾ, ਮਸ਼ਹੂਰ ਟਾਵਰ ਇਹਨੂੰ ਕਹਿੰਦੇ ਆ। ਯਾਨੀ ਕਿ ਦੇਖੋ ਕਿ ਹਿੰਦੂ ਧਰਮ ਕਿੰਨਾ ਪੁਰਾਣਾ ਔਰ ਕਿੰਨਾ ਪ੍ਰਸਿੱਧ ਹੈ ਕਿ ਮੂਰਤੀਆਂ ਜਪਾਨ ਦੇ ਵਿੱਚ, ਉਹ ਵੀ ਉਹਨਾਂ ਦੇ ਪ੍ਰਸਿੱਧ ਟਾਵਰ ਸਾਹਮਣੇ ਲੱਗੀਆਂ ਹੋਈਆਂ। ਜੇ ਆਰ ਪਾਸ ਦੀਆਂ ਟਿਕਟਾਂ ਲੈ ਲਈਆਂ ਸੀ, 7 ਡੇਜ਼ ਦੀਆਂ ਬਿਜ਼ਨਸ ਕਲਾਸ ਦੀਆਂ, ਇੱਦਾਂ ਦੀਆਂ ਕੁਝ ਟਿਕਟਾਂ ਵਾ। ਮੂੰਹ ਦੇਖਿਓ ਕਿੱਦਾਂ ਕੱਦੂ ਜਿਹਾ ਵਰਗਾ ਇਹਦਾ। ਅਸੀਂ ਬੈਠ ਗਏ ਹੁਣ ਬੁਲਟ ਟ੍ਰੇਨ ਦੇ ਵਿੱਚ, ਸਪੀਡ ਫੜ ਲਈ ਇਹਨੇ, ਬਹੁਤ ਜ਼ਿਆਦਾ ਸਪੀਡ ਫੜ ਲਈ ਹੈ, 300 ਦੀ ਸਪੀਡ ਫੜ ਲਈ ਇਹਨੇ। ਜੈਕ ਗੁੱਡ ਮਾਰਨਿੰਗ ਭਾਜੀ, ਕਿਆ ਕਰੀ ਇੰਨਾ ਸਵੇਰੇ ਉੱਠ ਕੇ ਟਿਕਟੋਕ ਸ਼ੁਰੂ ਕਰ ਦਿੱਤਾ? ਸੌਣ ਨਹੀਂ ਰਹਿਣਾ ਤੈਂ, ਰਾਤ ਨੂੰ ਤੇਰੇ ਖਰਾਟੇ ਆ, ਸਵੇਰੇ ਤੇਰੀ ਟਿਕਟੋਕ ਚਲਾਣੇ ਕਿੱਥੇ ਮਾਰੇ ਭਾਜੀ, ਐਵੇਂ ਬਦਨਾਮ ਕਰ ਰਹੇ ਹਾਂ। ਲਓ ਜੀ ਚੈੱਕਆਊਟ ਕਰਨ ਲੱਗੇ ਹਾਂ, ਚੈੱਕਆਊਟ ਟਾਈਮ ਹੋ ਗਿਆ, ਵੈਸੇ ਚੈੱਕਆਊਟ ਟਾਈਮ ਹੈ 11 ਵਜੇ ਤਾਂ ਆਪਾਂ 10:15 ਨਿਕਲਣ ਲੱਗੇ ਹਾਂ। ਜਾ ਕਿੱਦਾਂ ਵੇ, ਕਿੱਦਾਂ ਰਹੀ ਸਟੇ, ਰੂਮ ਕਿੱਦਾਂ ਲੱਗਾ ਤੈਨੂੰ? ਵੈਰੀ ਵੈਰੀ ਗੁੱਡ ਰੂਮ, ਵੈਰੀ ਗੁੱਡ ਬੈਡ, ਅਸੀਂ ਖਲਾਰਾ ਥੋੜਾ ਜਿਹਾ ਪਾਇਆ ਵਾ, ਬਾਕੀ ਠੀਕ ਆ, ਇੰਨਾ ਤਾਂ ਜੈਨੂਇਨ ਨਹੀਂ ਆ, ਪਤਾ ਲੱਗੇ ਬੰਦਾ ਰਹਿ ਗਿਆ ਕਿ ਇੱਦਾਂ ਕਿਸੇ ਹੋਰ ਨੂੰ ਸਰਵ ਕਰ ਦੇਣ। ਬਾਥਰੂਮ ਕੁਛ ਇੱਦਾਂ ਦਾ ਸੀਗਾ, ਜੈਕ ਜਾ ਕੇ ਆਇਆ ਖਲਾਰਾ ਬਣਾਉਣਾ ਪਿਆ ਵੇ, ਆਹ ਤਾਂ ਵੀ ਲੱਗਾ ਹੋਇਆ, ਰੈਡੀ ਆਪਾਂ, ਰੈਡੀ ਚਲੋ ਬਈ। ਲਓ ਜੀ ਲਿਫਟ 'ਚ ਨਿਕਲਣ ਲੱਗੇ ਹਾਂ। ਯੈਸ ਯੈਸ, ਚੈੱਕਆਊਟ ਚੈੱਕਆਊਟ ਚੈੱਕਆਊਟ। ਹੈਲੋ, ਗੁੱਡ ਮਾਰਨਿੰਗ, ਕੈਨ ਵੀ ਲੀਵ ਅਵਰ ਬੈਗੇਜਸ ਹੇਅਰ? ਓਕੇ ਓਕੇ, ਜੈਕ। ਲਓ ਜੀ ਇਹ ਹੈਗਾ ਜੀ ਫਕੂਕਾ ਸ਼ਹਿਰ 'ਚ ਘੁੰਮਦੇ ਹਾਂ ਆਪਾਂ, ਹਕਾਤਾ ਇਹਦਾ, ਫਕੂਕਾ ਇੱਕ ਤਰ੍ਹਾਂ ਦਾ ਡਿਸਟ੍ਰਿਕਟ ਆ ਤਾਂ ਹਕਾਤਾ ਇਹਦਾ ਸ਼ਹਿਰ ਵਾ, ਇਹ ਹਕਾਤਾ ਸ਼ਹਿਰ ਆ ਮੇਨ, ਲਿਖਿਆ ਹੋਣਾ ਇਹ ਤਾਂ ਲਿਖਿਆ ਫਕੂਕਾ। ਸਾਰੇ ਟਰੈਵਲਰ ਹੀ ਆ, ਬਲਬੀਨੋ ਹੈ ਮੁਸਤਫਾ, ਆ ਜੀ ਹੋਈ ਮੋਚੀ ਕੀ ਵੀ ਆ ਤਾਂ। ਅਸੀਂ ਖੜ੍ਹੇ ਬੱਸ ਸਟੈਂਡ 'ਤੇ, ਸਾਡੀ ਬੱਸ ਹੈਗੀ ਜੀ ਇੱਥੇ ਜਾਣਾ, 306-312 ਨੰਬਰ ਬੱਸ ਆ। ਥੋੜ੍ਹੀ ਜਿਹੀ ਬਾਰਿਸ਼ ਹੋ ਰਹੀ, ਬੂੰਦਾਬਾਂਦੀ ਹੋ ਰਹੀ, going crazy, I don't know what to do, my heart is screaming for you babe, and what I'm trying to say is that you make the sky look blue even when it is gray babe, every time I'm feeling down you can make it go away, your light is shining bright on me, got no reason to be afraid, you're glowing in the dark, you're glowing in the dark, glowing in the dark, I feel it in my heart, you're glowing in the dark, glowing in the dark, yeah you're glowing in the dark.
ਆਪਾਂ ਆ ਗਏ ਜੀ ਇੱਥੇ ਹਕੂਕਾ ਟਾਵਰ, ਇੱਥੋਂ ਫਿਰ ਆਪਾਂ ਗੇੜੀ ਬੇੜੀ ਮਾਰ ਕੇ ਫਿਰ ਅੱਗੇ ਜਾਣਾ ਹੀਰੋਸ਼ਿਮਾ। ਆ ਦੇਖੋ ਵਿਊ ਕਿੰਨਾ ਸੋਹਣਾ ਵਾ, ਲਾਡੀ ਵਾਰੀ ਆ ਗਈ ਆ। ਜਦੋਂ ਨਾ ਲਾਈਟ ਗ੍ਰੀਨ ਹੋ ਜਾਂਦੀ ਨਾਲ ਮਿਊਜ਼ਿਕ ਵੀ ਚੱਲਦਾ, ਮਿਊਜ਼ਿਕ ਜਿਹੜਾ ਹੁੰਦਾ ਨਾ ਟਿਊਨ ਟਿਊਨ ਦੀ ਟੋਨ ਜਿਹੀ ਆ, ਇਹ ਹੁੰਦੀ ਆ ਜਿਹੜੇ ਵਿਚਾਰੇ ਦੇਖ ਨਹੀਂ ਸਕਦੇ ਉਹਨਾਂ ਵਾਸਤੇ। ਆਪਾਂ ਹੈਗਾ ਜੀ ਇਸ ਵੇਲੇ ਕੂਕਾ ਟਾਵਰ ਸਾਹਮਣੇ, ਕੂਕਾ ਟਾਵਰ ਸਾਹਮਣੇ ਤੁਹਾਨੂੰ ਇੱਕ ਨਾ ਅਮੇਜ਼ਿੰਗ ਚੀਜ਼ ਦਿਖਾਉਂਦੇ ਹਾਂ। ਆਹ ਦੇਖੋ ਆਹ ਲੱਗੀ ਹੋਈ ਆ ਬ੍ਰਹਮਾ ਦੀ ਮੂਰਤੀ ਜੀ, ਬ੍ਰਹਮਾ ਜੀ ਦੀ ਮੂਰਤੀ ਲੱਗੀ ਹੋਈ ਆ, ਤੁਸੀਂ ਪੜ੍ਹ ਸਕਦੇ ਹਾਂ ਠੀਕ ਹੈ। ਇਹ ਚਾਰ ਸਿਰ ਵਾਲੀ ਜਿਹੜੀ ਮੂਰਤੀ ਲੱਗੀ ਹੋਈ ਆ, ਉਸ ਤੋਂ ਬਾਅਦ ਲੱਗੀ ਹੋਈ ਆ ਪਾਰਵਤੀ ਮਾਤਾ ਦੀ ਮੂਰਤੀ। ਆਹ ਦੇਖ ਸਕਦੇ ਹਾਂ ਲਿਖਿਆ ਵੀ ਹੋਇਆ ਉਹਨਾਂ ਨੇ ਪਾਰਵਤੀ ਮਾਤਾ ਦੀ ਲੱਗੀ ਹੋਈ ਆ, ਉਸ ਤੋਂ ਬਾਅਦ ਲੱਗੀ ਹੋਈ ਆ ਲਕਸ਼ਮੀ ਮਾਤਾ ਦੀ। ਆਹ ਦੇਖੋ ਸਾਰਾ ਲਿਖਿਆ ਹੋਇਆ ਗੋਡੈਸ ਆਫ ਹੈਪੀਨੈਸ ਐਂਡ ਫੋਰਚੂਨ, ਲਕਸ਼ਮੀ ਮਾਤਾ ਦੀ ਹੋ ਗਈ, ਉਸ ਤੋਂ ਬਾਅਦ ਲੱਗੀ ਸਰਸਵਤੀ ਮਾਤਾ ਦੀ। ਆਹ ਦੇਖੋ ਮੂਰਤੀਆਂ ਲੱਗੀਆਂ ਹੋਈਆਂ, ਇਹ ਨਹੀਂ ਕਿ ਇੱਦਾਂ ਫੋਟੋਆਂ ਲੱਗੀਆਂ ਜਾਂ ਕੁਛ ਆ, ਪੂਰੀ ਮੂਰਤੀ ਬਣੀ ਹੋਈ ਆ ਪੱਥਰ ਦੇ ਵਿੱਚ। ਆ ਜੀ ਹੈਗਾ ਜੀ ਬ੍ਰਹਮਾ ਦਾ, ਇਹ ਬ੍ਰਹਮਾ ਦਾ ਸਵਰੂਪ ਆ ਜੀ ਕੋਈ। ਹਾਂ ਆਹ ਹੈਗਾ ਫੁਕੂਕਾ ਟਾਵਰ, ਆਹ ਦੇਖੋ ਹਾਂ ਮਹਾਰਿਸ਼ੀ ਆ, ਇਹ ਮਹਾਰਿਸ਼ੀ ਲਿਖਿਆ ਹੋਇਆ ਪਰ ਮਹਾਰਿਸ਼ੀ ਹੋਣਾ ਲੈਣਾ, ਕਹਿਣ ਦਾ ਮਤਲਬ ਇਹ ਆ। ਤਾਂ ਆਹ ਹੈਗਾ ਫੁਕੂਕਾ ਟਾਵਰ, ਉੱਧਰ ਵੀ ਮੂਰਤੀਆਂ ਲੱਗੀਆਂ ਵੀ ਤੁਹਾਨੂੰ ਦਿਖਾਉਣਾ ਠੀਕ ਹੈ ਜੀ। ਆਹ ਜੀ ਸ਼ਿਵਾ ਦੀ ਲੱਗੀ ਹੋਈ ਆ, ਗੋਡ ਆਫ ਵਿਰਚੂ ਐਂਡ ਵਰਲਡ ਡਿਸਟ੍ਰਕਸ਼ਨ, ਉਹਦਾ ਲੱਗੀ ਹੋਈ ਆ। ਆਹ ਲੱਗੀ ਹੋਈ ਆ ਜੀ ਸ਼ਿਵਾ ਦੀ, ਦੇਖੋ ਤਰਸ਼ੂਲ ਲੱਗਾ ਹੋਇਆ ਵਾ, ਡਮਰੂ ਵੀ ਲੱਗਾ ਹੋਇਆ ਵਾ, ਕਵੰਡਲ ਵੀ ਹੈਗਾ ਵਾ, ਹੱਥ ਗਲੇ ਸੱਪ ਵੀ ਹੈਗਾ। ਅੱਛਾ ਉਸ ਤੋਂ ਬਾਅਦ ਲੱਗੀ ਹੋਈ ਹੈ ਜੀ ਆਹ ਗੰਧਰਵ ਠੀਕ ਹੈ ਜੀ। ਉਸ ਤੋਂ ਬਾਅਦ ਮੂਰਤੀ ਹੈਗੀ ਆ ਜੀ ਲਾਰਡ ਗਣੇਸ਼ਾ ਦੀ ਆ, ਲਿਖਿਆ ਵੀ ਹੋਇਆ ਗਣੇਸ਼ਾ ਠੀਕ ਹੈ। ਉਹਦੇ ਬਾਅਦ ਲਿਖਿਆ ਗਿਆ ਗੋਡ ਆਫ ਵਿਜ਼ਡਮ ਅ ਚਾਈਲਡ ਆਫ ਸ਼ਿਵਾ ਐਂਡ ਪਾਰਵਤੀ। ਕਿਸੇ ਨੇ ਫੁੱਲ ਚੜ੍ਹਾਏ ਹੋਏ ਸਾਡੇ ਕੋਲ, ਸੋਰੀ ਫੁੱਲ ਹੈ ਨਹੀਂ ਗਏ, ਅਸੀਂ ਤੋੜ ਵੀ ਨਹੀਂ ਸਕਦੇ ਇੱਥੋਂ। ਉਸ ਤੋਂ ਬਾਅਦ ਆ ਇੰਦਰਾ ਦਾ ਗੋਡ ਆਫ ਬ੍ਰੇਵਰੀ ਠੀਕ ਹੈ ਜੀ। ਔਰ ਉਸ ਤੋਂ ਬਾਅਦ ਇੱਕ ਆਹ ਲੱਗੀ ਹੋਈ ਆ ਭੈਰਵਾ, ਭੈਰਵ ਕਾਲ ਭੈਰਵ ਨਹੀਂ ਹੁੰਦਾ ਉਹਦਾ ਆ ਜਾਂਦਾ, ਆ ਟ੍ਰਾਈਬਲ ਐਸਪੈਕਟ ਆਫ ਸ਼ਿਵਾ, ਇਹ ਦੇਖੋ ਜੀ ਕਾਲ ਭੈਰਵ ਦੀ ਲੱਗੀ ਹੋਈ ਆ। ਇੱਦਾਂ ਦੀ ਮੂਰਤੀ ਵੀ ਕਾਲ ਭੈਰਵ ਦੀ ਕਿਤੇ ਨਹੀਂ ਦੇਖੀ ਹੋਣੀ। ਇਹ ਸਾਰਾ ਜੋ ਲੱਗਾ ਹੋਇਆ ਨਾ, ਇਹ ਲੱਗੀਆਂ ਸਾਰੀਆਂ ਮੂਰਤੀਆਂ ਕੂਕਾ ਟਾਵਰ ਦੇ ਸਾਹਮਣੇ। ਇੱਕ ਬ੍ਰੈਡ ਲੈ ਜਾ ਰਿਹਾ ਬਈ ਮੁੰਡਾ, ਕਹਿੰਦਾ ਬ੍ਰੈਡ ਖਾਣੇ ਇਹਨਾਂ ਦੇ, ਮੈਂ ਲਿਆ ਕ੍ਰੈਨਬੈਰੀ ਵਾਲਾ, ਇਹਨੇ ਲਿਆ ਸੋਚੇ ਵਾਲਾ। ਅਸੀਂ ਆ ਗਏ ਕੂਕਾ ਟਾਵਰ ਦੇਖ ਕੇ, ਹੁਣ ਅਸੀਂ ਹੋਟਲ ਨੂੰ ਜਾ ਰਹੇ ਹਾਂ। ਅੱਛਾ ਟਾਈਮ ਹੈ ਨਹੀਂ ਗਾ ਹੁਣ, ਉੱਥੇ ਸਟੇਸ਼ਨ 'ਤੇ ਜਾ ਕੇ ਪੀਵਾਂਗੇ। ਅਸੀਂ ਜੇ ਆਰ ਪਾਸ ਦੀਆਂ ਟਿਕਟਾਂ ਲੈ ਲਈਆਂ ਸੀ, 7 ਡੇਜ਼ ਦੀਆਂ ਬਿਜ਼ਨਸ ਕਲਾਸ ਦੀਆਂ, ਇੱਦਾਂ ਦੀਆਂ ਕੁਛ ਟਿਕਟਾਂ ਵਾ ਠੀਕ ਹੈ। ਜਿਹੜੀ ਉੱਪਰ ਵਾਲੀ ਟਿਕਟ ਆ ਇਹ ਹੈਗੀ ਰਸੀਦ 89,620 ਜਨ ਦੀ, ਆ ਜੇ ਆਰ ਪਾਸ ਆ ਠੀਕ ਆ, 2 ਜੇ ਆਰ ਪਾਸ 16 ਫਰਵਰੀ 2023 ਤੱਕ ਵੈਲਿਡ ਆ, ਅਨਲਿਮਿਟਡ ਪਾਸ ਹੁੰਦਾ ਹੈ। ਇਹ ਪੈਂਦਾ 44,810 ਜਨ ਦਾ। ਉਸ ਤੋਂ ਬਾਅਦ ਇਹ ਜਿਹੜਾ ਹੈਗਾ ਇਹ ਲਈਏ ਟਿਕਟ ਆਪਾਂ ਅਕਾਤਾ ਤੋਂ ਹੀਰੋਸ਼ਿਮਾ ਦੀ। ਅਸੀਂ ਹੈਗੇ ਜੀ ਹੁਣ ਸ਼ਿਨਕਾਂਸਨ ਦੇ ਸਟੇਸ਼ਨ 'ਤੇ, ਸ਼ਿਨਕਾਂਸਨ ਕਹਿੰਦੇ ਬੁਲਟ ਟ੍ਰੇਨ ਨੂੰ,
ਅਸੀਂ ਫਕੂਕਾ ਦੇ ਵਿੱਚ ਇਸ ਵੇਲੇ ਅਤੇ ਫਕੂਕਾ ਦਾ ਸਟੇਸ਼ਨ ਹੈਗਾ ਹਕਾਤਾ, ਔਰ ਹਕਾਤਾ ਦੇ ਸਟੇਸ਼ਨ ਦੇ ਉੱਤੇ ਇਹ ਹੈਗਾ ਸ਼ਿਨਕਾਂਸਨ ਦਾ ਸਟੇਸ਼ਨ, ਬੁਲਟ ਟ੍ਰੇਨ ਦਾ ਸਟੇਸ਼ਨ ਜਿਹੜਾ ਨਾ ਆਲਮੋਸਟ ਅਲੱਗ ਬਣਾਇਆ ਜਾਂਦਾ ਇੱਥੇ, ਕੁਛ ਇੱਦਾਂ ਦਾ ਨਜ਼ਾਰਾ ਦੇਖੋ। ਸਾਡਾ ਜਿਹੜਾ ਟਰੈਕ ਹੈਗਾ ਆਪਾਂ ਜੀ ਆ ਗਏ ਆਪਣੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਤੇ। ਇਹ ਟਰੈਕ ਕਹਿੰਦੇ ਆਪਾਂ, ਪਲੇਟਫਾਰਮ ਨਹੀਂ ਕਹਿੰਦੇ। ਇੱਥੋਂ ਆਪਾਂ ਨੂੰ ਕਾਰ ਮਿਲਣੀ 6, ਯਾਨੀ ਕਿ ਜਿਹੜਾ ਕੈਬਨ ਆਉਣੀ ਆ ਉਹ 6 ਹੋਣਾ ਰਿਜ਼ਰਵ ਵਾਲਾ, ਸਾਡੀ ਸੀਟਾਂ ਰਿਜ਼ਰਵ ਆ, ਤੁਸੀਂ ਗ੍ਰੀਨ ਕਲਾਸ ਲਈ ਹੋਈ ਆ। ਟਾਈਮ ਹੈਗਾ ਟਾਈਮ ਹੈਗਾ 3:02 'ਚ ਲੜੀ ਹੈ, 3:02 'ਚ ਤੁਰਨੀ ਪੂਰਾ ਸ਼ਿਨਕਾਂਸਨ, 4 ਪਹੁੰਚਣ। ਉੱਪਰ ਦੇਖੋ ਲਿਖਿਆ ਹੋਇਆ ਨਾ 3:02 ਜੇ 15:02, ਤਾਂ ਇਸ ਪੂਰਾ ਟ੍ਰੇਨ ਜਿਹੜੀ ਨਾ 5:05 ਉਹ ਆਉਣੀ ਆ 3:02 'ਤੇ। ਹਾਂ, ਕਾਰ ਸਾਡੀ 6 ਆ। ਹਾਂ, ਮਿਊਜ਼ਿਕ ਸੁਣ ਰਹੇ ਹਾਂ। ਟਾਈਮ ਵੀ ਲਿਖਿਆ ਹੋਇਆ 2:59 ਟ੍ਰੇਨ ਆ ਗਈ ਆ, ਪਰ ਟ੍ਰੇਨ ਜਿਹੜਾ ਟਾਈਮ ਚੱਲਣੇ ਦਾ ਹੈਗਾ 15:02, ਯਾਨੀ ਕਿ 3:02 ਤੁਰਨੀ ਹੈ ਟ੍ਰੇਨ, ਆਪਣੇ ਟਾਈਮ 'ਤੇ ਆ ਗਈ ਹੈ ਤੁਰਨੀ ਇਹ 3:02 'ਤੇ। ਟਾਈਮਿੰਗ ਦੇਖੋ, ਤੇ ਟਾਈਮਿੰਗ ਤੁਰਨੀ ਪੂਰੇ ਟਾਈਮ 'ਤੇ ਆ, 2 ਹੋ ਗਈ ਸਰ, ਪਹਿਲਾਂ ਨਿਕਲ ਦਿੰਦੇ ਸਾਰੇ ਨੂੰ ਬਾਹਰ। ਆਪਣੇ ਕਿੰਨਾ ਦੇ ਗੇਟ ਨੰਬਰ 13 ਕਿੰਨਾ ਦੇਗਾ? ਮੇਰਾ ਡੀ ਆ ਤਾਂ ਜੀ ਚੜ੍ਹਨ ਲੱਗੇ ਆ ਬਲੂ ਟ੍ਰੇਨ 'ਚ, ਚੈੱਕ ਜਾਣ ਲੱਗਾ ਪਹਿਲੀ ਵਾਰ ਬਹੁਤ ਖੁਸ਼ ਹਾਂ। ਤਾਂ ਆਪਾਂ ਵੜ ਜਾਣਾ, ਆਹ ਦੇਖੋ ਹੈ ਆਪਣੀ ਗ੍ਰੀਨ ਕਲਾਸ। ਆਪਣੀ ਯਾ ਕਿੰਨਾ ਵਧੀਆ ਬੱਚੀ ਐਕਸਾਈਟਮੈਂਟ ਹੈ ਜੀ। ਹਾਂ, ਇਹਦੀ ਫੀਲਿੰਗ ਦੀ ਚੇਅਰਸ ਪਲੇਨ ਨਾਲ ਬੈਟਰ ਹੈ। ਬਿਜ਼ਨਸ ਕਲਾਸ ਹੈ। ਉਹ ਦੇਖੋ ਲਿਖਿਆ ਨਾ ਰਿਜ਼ਰਵ। ਜੈਕ ਬੈਠਾ, ਅਸੀਂ ਰਹੀਏ ਬਿਜ਼ਨਸ ਕਲਾਸ, ਦੇਖੋ ਇਹਦੇ ਵਿੱਚ ਬੈਠਣ ਲੱਗੇ ਹੋਏ ਆ।
ਹੈਗੇ ਆਪਣੇ, ਨੈਕਸ ਸਪੋਰਟ ਆ ਜਾਂਦੀ ਹੈ, ਅਪਰ ਡਾਊਨ ਲੱਗੀ ਹੋਈ ਇੱਥੋਂ ਸੀਟ ਅੱਗੇ ਪਿੱਛੇ ਹੁੰਦੀ ਆ, ਆਹ ਦੇਖਿਆ ਥੱਲੇ ਦੱਬਣਾ ਤਾਂ ਥੱਲੇ ਚੱਲਣਾ, ਠੀਕ ਹੈ। ਉਸ ਤੋਂ ਬਾਅਦ ਉੱਪਰ ਆ ਜਾਂਦਾ ਇੱਦਾਂ, ਆਹ ਸੀਟ ਨੂੰ ਅੱਗੇ ਪਿੱਛੇ ਕਰ ਲਿਆ ਜਾਂਦਾ, ਆਹ ਡਰੇਕ ਲੱਗੀ ਹੋਈ ਉੱਧਰ, ਬਾਥਰੂਮ ਹੈਗੇ ਆ, ਅਸੀਂ ਬੈਠੇ ਹਾਂ ਆਲਮੋਸਟ ਬਿਲਕੁਲ ਸਾਹਮਣੇ। ਆਹ ਜੀ ਹੀਰੋਸ਼ਿਮਾ ਇੰਨੀ ਤਰੱਕੀ ਕਰ ਲਈ ਮੁੜ ਕੇ ਇਹਨਾਂ ਨੇ। ਪਾਸ 'ਤੇ ਲਿਖਿਆ ਹੋਇਆ ਨਜ਼ੋਮੀ ਵਾਲੀ, ਤੁਸੀਂ ਲਾਈਨ 'ਚ ਨਹੀਂ ਚੜ੍ਹ ਸਕਦੇ, ਠੀਕ ਹੈ। ਤਾਂ ਸਾਡੀ ਕਿਹੜੀ ਟ੍ਰੇਨ ਆਉਣੀ ਇੱਥੋਂ 3 ਮਿੰਟ ਬਾਅਦ ਆਉਣੀ ਆ, ਉਹ ਆਉਣੀ ਆ ਵੀ ਸਪੂਰਾ, ਉਹ ਵੀ ਜਾਣੀ ਟੋਕੀਓ ਨੂੰ ਹੀ ਆ, ਪਰ ਅਸੀਂ ਸ਼ੇਨੋ ਸਾਕਾ ਉਤਰਨਾ ਸੀ, ਉਹ ਥੋੜ੍ਹਾ ਪਲਾਨ ਚੇਂਜ ਹੋ ਗਿਆ ਸਾਡਾ, ਜ਼ਰਾ ਸਪੀਡ ਫੜਦੀ ਹੈ ਸਟੇਸ਼ਨ 'ਤੇ, 100 ਤੋਂ ਉੱਪਰ ਹੋ ਜਾਂਦੀ ਹੈ। ਆ ਜੀ ਹੁਣ ਅਸੀਂ ਤੁਰ ਪਏ ਸ਼ੇਨੋ ਸਾਕਾ ਨੂੰ, ਬੁਲਟ ਟ੍ਰੇਨ ਸ਼ੇਨੋ ਸਾਕਾ, ਅਸੀਂ ਹੁਣ ਚੜ੍ਹੇ ਹਾਂ ਇੱਥੋਂ ਹੀਰੋਸ਼ੀਮਾ ਤੋਂ, ਹੁਣ ਜਾ ਰਹੇ ਸ਼ੇਨੋ ਸਾਕਾ, 1 ਘੰਟਾ 25 ਮਿੰਟ ਦੀ ਰਾਈਡ ਹੈ ਇਹਦੇ ਵਿੱਚ ਬੁਲਟ ਟ੍ਰੇਨ 'ਚ। ਤਾਂ ਆਹ ਦੇਖੋ ਕੁਛ ਨਜ਼ਾਰੇ ਬਾਹਰ ਦੇ, ਠੰਡ ਤੀ ਜ਼ਿਆਦਾ ਥੋੜ੍ਹੀ ਜਿਹੀ। ਅਸੀਂ ਹੈਗਾ ਜੀ ਸਹਰਸਾ ਹੋਟਲ, ਅਤੇ ਨਾਲ ਆਪਣਾ ਰਹਿੰਦਾ ਇੱਕ ਰੈਸਟੋਰੈਂਟ ਇੰਡੀਅਨ, ਆਹ ਦੇਖੋ 3 ਸਾਲ ਪਹਿਲਾਂ ਅਸੀਂ ਇੱਥੇ ਖਾਣਾ ਖਾ ਗਿਆ ਸੀ। ਅਸੀਂ ਆ ਗਏ ਜੀ, ਇਹ ਹੋਟਲ ਦਾ ਨਾਮ ਉਹ ਫਨੀਜਾ ਮੁੰਮਾ ਹੋਟਲ, ਇਹ ਰੈਸਟੋਰੈਂਟ ਦਾ ਨਾਮ ਉਹ ਫਨੀਜਾ ਮੁੰਮਾ ਇੰਡੀਅਨ ਰੈਸਟੋਰੈਂਟ। ਖਾਣਾ ਖਾ ਲਿਆ ਜੀ ਅਸੀਂ, ਹੁਣ ਜਾ ਰਹੇ ਜੀ ਵਾਪਸ। ਕਿਆ ਨਾਮ ਹੈ ਭਾਈ ਆਪਕਾ? ਮੇਰਾ ਹਰੀ ਹੈ ਸਰ, ਹਰੀ। ਮਾਸਕ ਨਿਕਾਲੋ, ਹਰੀ ਓਮ, ਹਰੀ ਓਮ, ਹਰੀ ਓਮ, ਥੈਂਕ ਯੂ, ਥੈਂਕ ਯੂ। ਓਕੇ ਸਰ, ਮੇਰਾ ਨਾਮ ਗਗਨ ਹੈ। ਗਗਨ ਸਰ, ਹਾਂ ਗਗਨ, ਮੈਂ ਸਮਝ ਗਿਆ ਸਰ, ਹਮਾਰੇ ਇੱਕ ਲੀਡਰ ਹੈ ਨੇਪਾਲ ਮੇਂ, ਗਗਨ। ਗਗਨ, ਅਬ ਸੇ ਯਾਦ ਹੈ, ਥੈਂਕ ਯੂ ਬ੍ਰੋ। ਓਕੇ ਸਰ, ਕਾਲ ਮਿਲ ਗਿਆ ਸਰ।